ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਗੁੰਜਾ ਸਿੱਖ ਵਿਰਸੇ ਦੇ ਤੁਹਾਡਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ, ਇਸ ਵੇਲੇ ਸਮੁੱਚੇ ਵਿਸ਼ਵ 'ਚ ਕਰੋਨਾ ਵਾਇਰਸ ਦੀ ਮਹਾਂਮਾਰੀ ਦਾ ਕਹਿਰ ਜਾਰੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਆਪ ਸਭ ਦੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ। ਕਰੋਨਾ ਵਾਇਰਸ ਦੇ ਮੱਦੇਨਜ਼ਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੋਜ਼ੀ ਰੋਟੀ ਤੋਂ ਮੁਹਤਾਜ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਜਿਸ ਤਹਿਤ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਵੱਡੀ ਗਿਣਤੀ ਸੰਗਤਾਂ ਵੱਲੋਂ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਲੰਗਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਵੱਡਾ ਉਪਰਾਲਾ ਕੀਤਾ ਜਾ ਰਿਹਾ। ਦਿੱਲੀ ਕਮੇਟੀ ਵੱਲੋਂ ਰੋਜ਼ੀ ਰੋਟੀ ਤੋਂ ਮੁਹਤਾਜ ਲੋਕਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾ ਰਿਹਾ, ਜਿਸ ਤਹਿਤ ਗੁਰਦੁਆਰਾ ਬੰਗਲਾ ਸਾਹਿਬ 'ਚ ਵੱਡੀ ਗਿਣਤੀ ਸੰਗਤ ਦਾ ਲੰਗਰ ਤਿਆਰ ਕੀਤਾ ਗਿਆ। ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਲੰਗਰ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵੱਲੋਂ ਤਕਰੀਬਨ 1 ਲੱਖ ਲੋਕਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ। ਉਹਨੇ ਕਿਹਾ ਕਿ ਅੱਗੇ ਤੋਂ ਵੀ ਲੋੜਵੰਦ ਲੋਕਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਿਸੇ ਵੀ ਸੂਰਤ ਅੰਦਰ ਕਿਸੇ ਨੂੰ ਭੁੱਖਿਆ ਨਹੀਂ ਸੌਣਾ ਦੇਣਾ ਚਾਹੁੰਦੀ। ਸਾਡੀ ਪੂਰੀ ਕੋਸ਼ਿਸ਼ ਇਹ ਆ ਕਿ ਜਿੰਨਾ ਸਾਨੂੰ ਰਸਦ ਦੀ ਲੰਗਰ ਦੀ ਲੋੜ ਪਵੇ ਅਸੀਂ ਬਣਾ ਕੇ ਦਈਏ। ਅੱਜ ਲੱਖ ਬੰਦੇ ਦਾ ਖਾਣਾ ਬਣ ਕੇ ਦੱਸੇ ਜਾ ਰਹੀ ਹੈ, ਇੱਥੋਂ ਲੰਗਰ ਬਣ ਕੇ ਜਾ ਰਿਹਾ ਅਲੱਗ ਅਲੱਗ ਗੁਰਦੁਆਰਾ ਸਾਹਿਬਾਨਾਂ ਤੋਂ, ਸੀਸਗੰਜ ਸਾਹਿਬ ਤੋਂ, ਬੰਗਲਾ ਸਾਹਿਬ ਤੋਂ, ਮੋਤੀ ਬਾਗ ਸਾਹਿਬ ਤੋਂ, ਨਾਨਕ ਪਿਓ ਸਾਹਿਬ ਤੋਂ, ਔਰ ਖਾਸ ਤੌਰ 'ਤੇ ਵੈਸਟ ਦਿੱਲੀ 'ਚ ਜਿਹੜੀ ਅਸੀਂ ਆਪਣੀ ਟੈਂਪਰੇਰੀ ਕਿਚਨ ਲਗਾਈ ਆ ਉੱਥੋਂ ਪੈਕਡ ਫੂਡ ਬਣ ਬਣ ਸਭ ਜਗ੍ਹਾ ਜਾ ਰਿਹਾ। ਔਰ ਇਹ ਸਾਰਾ ਜਿਹੜਾ ਖਾਣਾ ਹੈ ਇਹ ਸਰਕਾਰ ਦੇ ਮਾਧਿਅਮ ਤੋਂ ਸਰਕਾਰ ਨਾਲ ਲੈ ਕੇ ਜਾ ਰਹੇ ਹਾਂ। ਲੋਕ ਬੜੇ ਵੱਡੇ ਦਿਲ ਵਾਲੇ ਨੇ, ਦਿੱਲੀ ਦੇ ਸਿੱਖਾਂ ਨੇ, ਗੈਰ ਸਿੱਖਾਂ ਨੇ ਵੀ, ਹਿੰਦੂ ਪਰਿਵਾਰਾਂ ਨੇ ਵੀ ਬਹੁਤ ਵੱਡਾ ਇਹ 'ਚ ਯੋਗਦਾਨ ਪਾਇਆ ਹੈ। ਬਾਬਾ ਸੁਰਿੰਦਰ ਸਿੰਘ ਜੀ ਨੇ, ਬਾਬਾ ਬਚਨ ਸਿੰਘ ਜੀ ਨੇ, ਇਹਨਾਂ ਸਾਰੇ ਮਹਾਂਪੁਰਖਾਂ ਨੇ, ਉਹਨਾਂ ਦੇ ਸਾਰੇ ਸਹਿਯੋਗੀਆਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਔਰ ਇਹਦੇ ਅੰਦਰ ਰਸਦ ਭੇਜਣ ਦਾ, ਰਸਦ ਲਿਆਉਣ ਦਾ, ਗੱਡੀਆਂ, ਟਰੱਕ, ਮਤਲਬ ਦਿੱਲੀ ਦੀ ਸੰਗਤ ਦਾ ਮੈਂ ਕਿੰਨਾ ਕੁ ਸ਼ੁਕਰਾਨਾ ਕਰਾਂ। ਮੈਂ ਤੇ ਮੇਰਾ ਮਨ ਅੰਦਰ, ਮੇਰੀ ਜੋ ਭਾਵਨਾ ਕਿ ਉਹਨਾਂ ਦੇ ਜੋੜੇ ਝਾੜ ਝਾੜ ਕੇ ਮੈਂ ਉਹਦੀ ਮਿੱਟੀ ਆਪਣੇ ਮਸਤਕ 'ਤੇ ਲਾਵਾਂ, ਤਾਂ ਵੀ ਉਹਨਾਂ ਦਾ ਕਰਜ਼ਾ ਅਦਾ ਨਹੀਂ ਕੀਤਾ ਜਾ ਸਕਦਾ। ਜਿੰਨਾ ਦਿੱਲੀ ਦੀ ਸੰਗਤ ਦਿਲ ਖੋਲ੍ਹ ਕੇ ਸਾਡਾ ਸਾਥ ਦੇ ਰਹੀ ਆ, ਹਰ ਆਦਮੀ ਕੋਈ ਨਾ ਕੋਈ ਰਸਤ 'ਚ ਆਪਣਾ ਹਿੱਸਾ ਪਾ ਰਿਹਾ, ਔਰ ਉਹਨਾਂ ਕਰਕੇ ਹੀ ਇੰਨੇ ਵੱਡੇ ਮਹਾਨ ਜਿਹੜੇ ਆ ਇਹ ਸੇਵਾ ਦੇ ਜਿਹੜੇ ਕੁੰਭ ਨੇ ਉਹ ਚੱਲਦੇ ਪਏ ਨੇ। ਔਰ ਅਸੀਂ ਦਿੱਲੀ ਨੂੰ, ਦਿੱਲੀ ਦੀ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ, ਸਾਡੀ ਕੋਸ਼ਿਸ਼ ਆ ਹਰ ਘਰ ਤੱਕ ਪਹੁੰਚਣ ਦੀ। ਸਾਡੀ ਕੋਸ਼ਿਸ਼ ਕਮੀ ਰਹਿ ਸਕਦੀ ਆ ਕਿਉਂਕਿ ਅੱਜ ਸਾਧਨਾਂ ਦੀ ਲਿਮਿਟ ਆ, ਪਰ ਮੈਂ ਸੰਗਤ ਨੂੰ ਇਹ ਵੀ ਬੇਨਤੀ ਕਰਦਾ, ਵੱਧ ਤੋਂ ਵੱਧ ਸਾਡਾ ਯੋਗਦਾਨ ਦਿਓ, ਸਹਿਯੋਗ ਵੀ ਦਿਓ, ਵੱਧ ਤੋਂ ਵੱਧ ਰਸਤ 'ਚ ਵੀ ਯੋਗਦਾਨ ਦਿਓ, ਔਰ ਅਰਦਾਸ ਵੀ ਕਰੋ ਕਿ ਜਿਹੜੇ ਪਰਿਵਾਰ ਸਾਡੇ ਸੇਵਾਦਾਰ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਆ, ਕਿਉਂਕਿ ਇਹਨਾਂ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ ਸੀ, ਇਹਨਾਂ ਦਾ ਜਿੰਨਾ ਮੈਂ ਸ਼ੁਕਰਾਨਾ ਕਰਾਉਂਦਾ ਥੋੜ੍ਹਾ, ਇਹਨਾਂ ਦੀ ਤੰਦਰੁਸਤੀ ਦੀ ਵੀ ਅਰਦਾਸ ਕਰਿਓ ਜੇ। ਬਾਬਾ ਸੁਰਿੰਦਰ ਸਿੰਘ ਜੀ ਦਾ ਵੀ, ਬਾਬਾ ਬਚਨ ਸਿੰਘ ਜੀ ਦਾ ਮੈਂ ਧੰਨਵਾਦ ਕਰਦਾ, ਜਿਹੜਾ ਬਹੁਤ ਵੱਡਾ ਯੋਗਦਾਨ ਪਾ ਰਿਹਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਲਈ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ। ਇਸੇ ਤਹਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਸੰਗਤਾਂ ਨੂੰ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਲੋੜਵੰਦ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ, ਜਿਸ ਤਹਿਤ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਸੰਗਤ ਨੂੰ ਸੰਬੋਧਨ ਕੀਤਾ। ਉਹਨਾਂ ਸੰਗਤ ਨੂੰ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਦੋਵਾਂ ਆਗੂਆਂ ਨੇ ਕਿਹਾ ਕਿ ਸਿੱਖਾਂ ਦੀ ਅਹਿਮ ਸੰਸਥਾ ਹੋਣ ਦੇ ਨਾਤੇ ਦਿੱਲੀ ਕਮੇਟੀ ਜਿੱਥੇ ਲੋੜਵੰਦਾਂ ਨੂੰ ਲੰਗਰ ਛਕਾ ਰਹੀ ਹੈ, ਉੱਥੇ ਹੀ ਕਮੇਟੀ ਵੱਲੋਂ ਸੁੱਕੀ ਰਸਦ ਵੀ ਤਕਸੀਮ ਕੀਤੀ ਜਾ ਰਹੀ ਹੈ। ਸੰਸਾਰ ਦੇ ਉੱਤੇ ਬਹੁਤ ਹੀ ਭਾਰਾ ਸਮਾਂ ਆਇਆ ਹੋਇਆ ਹੈ। ਸਾਡੇ ਚੋਂ ਕਿਸੇ ਨੇ ਵੀ ਆਪਣੇ ਜੀਵਨ ਕਾਲ ਅੰਦਰ ਐਸਾ ਭਿਆਨਕ ਸਮਾਂ ਨਾ ਦੇਖਿਆ ਸੀ, ਨਾ ਉਸਦੀ ਕਦੀ ਕਲਪਨਾ ਕੀਤੀ ਸੀ। ਜਦੋਂ ਇਸ ਕੋਰੋਨਾ ਵਾਇਰਸ COVID-19 ਦਾ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤੇ ਐਂ ਲੱਗਦਾ ਸੀ ਕਿ ਇਹ ਕਿਤੇ ਇੱਕ ਜਗ੍ਹਾ ਦੀ ਬਿਮਾਰੀ ਆ, ਔਰ ਸ਼ਾਇਦ ਸਾਡੇ ਮੁਲਕ ਦੇ ਅੰਦਰ ਇਸ ਦੀ 1% ਲੋਕਾਂ ਨੂੰ ਵੀ ਜਾਣਕਾਰੀ ਨਹੀਂ ਆਈ ਸੀ, ਜਿਸ ਵੇਲੇ ਚਾਈਨਾ ਇਸ ਮਹਾਂਮਾਰੀ ਤੋਂ ਮਰ ਰਿਹਾ ਸੀ। ਇਹ ਕਦੀ ਸੋਚਿਆ ਵੀ ਨਹੀਂ ਸੀ ਕਿ ਇੱਕ ਐਸੀ ਬਿਮਾਰੀ ਐਸਾ ਰੂਪ ਧਾਰਨ ਕਰ ਲੂਗੀ। ਸ਼ਾਇਦ ਅੱਜ ਵੀ ਬਹੁਤ ਸਾਰੇ ਲੋਕ ਇਸ ਦੇ ਭਿਆਨਕ ਰੂਪ ਨੂੰ ਅਜੇ ਸਮਝ ਨਹੀਂ ਪਾ ਰਹੇ। ਜੋ ਪੂਰੀ ਦੁਨੀਆ ਦੇ ਅੰਦਰ ਲੋਕਾਂ ਨੇ ਇਸ ਦੇ ਬਿਮਾਰੀ ਦੇ ਨਾਲ ਜਿੱਦ ਕਰਨ ਦੀ ਕੋਸ਼ਿਸ਼ ਕੀਤੀ, ਉਹ ਲੋਕਾਂ ਦੇ ਉੱਤੇ ਇਹ ਬਿਮਾਰੀ ਭਾਰੀ ਪਈ ਆ, ਲੋਕ ਬਿਮਾਰੀ 'ਤੇ ਭਾਰੇ ਨਹੀਂ ਪਏ। ਕਿਤਨੇ ਲੋਕਾਂ ਦੀ ਜਾਨ ਅਮੈਰੀਕਾ ਦੇ ਅੰਦਰ, ਇਟਲੀ ਦੇ ਅੰਦਰ, ਸਪੇਨ ਦੇ ਅੰਦਰ, ਕਿਤਨੇ ਲੋਕਾਂ ਦੀ ਇਸ ਭਿਆਨਕ ਬਿਮਾਰੀ ਨੇ ਜਾਨ ਲੈ ਲਈ। ਲੇਕਿਨ ਚਾਈਨਾ ਦੇ ਲੋਕ
इस बीमारी के खात्मे वास्ते एकजुट हो के और इस बीमारी ते अगे अपने आप नूं सरेंडर किया और जिद नहीं की। और अज ये बीमारी लगभग लगभग चाइना चो खत्म हो चुकी आ और चाइना के डॉक्टर हुण इस बीमारी का इलाज करने वास्ते दूसरे मुल्कों च जा रहे, ईरान वर्गे मुल्क च जा रहे हैं। जो तुसी कल रात तो देख रहे जे निजामोद्दीन का भयानक मंजर टीवी चैनलों के उत्ते पूरी दुनिया च एक बहस छिड़ गई आ और बहस इतों तक छिड़ गई आ कि ये जो कुछ किया गया ये जान बुझ के शायद किया गया, ऐसी तक चर्चावां शुरू हो गई ने। संगत जी, मैं आप दे चरणों च दोवें हाथ बन के आप दे चरणों च सीस चुका के हर सिख दे चरणों च मैं सीस चुका के चोली अड के आप दे चरणों च बेनती करदा है, अपने घरां च बह जाओ, ना जिद करो। अज नाम सिमरन करन दा वेला है। अज उस अकाल पुरख दे अगे बेनती जोधड़ी अरदास करन दा वेला है, परमात्मा सानू बचा लै, साडे परिवार नू बचा ला, साडे समाज नू, इस सृष्टि नू बचा ला। ना कि जिद करके किसी ऑटो फड़ के किसी गड्डी च फड़ के किसी ऐसे जगह ते घूमण दा वेला है जिथों आपां नू एक घातक बीमारी जिहड़ी आ इह घर तक पहुँचा बैठी है। माफ करना, लोग तुहाडे ते अखां गड्ड के बैठे ने पहलां तों ही, बहुत दुनिया के लोग तुहानू सहार नहीं रहे, बहुत लोगों नू पहला ही अग लगी हुई आ कि क्यों ये सिखा दी पूरी दुनिया च वड्याई हुंदी आ। अज मैं अमेरिका का चैनल देख रहा सी, शायद तुसी लोगों में जरूर देखा हो, उस चैनल ते अनाउंसमेंट की जा रही थी बकायदा कि सरकार सिखां दे उत्ते बहुत रलाई कर रही आ और सिख जथेबंदियां न्यूयॉर्क अंदर 25,000 तो वध लोगों के वास्ते पैक्ड फूड तैयार करके भेज रहे हैं। हर टीवी चैनल डॉक्टर दी तुसी शायद वीडियो देखी होवे, डॉक्टर और नर्सिस जिहड़ियां ने वो अकाल पुरख गुरु ग्रंथ साहिब महाराज के अंदर विश्वास रख के जदों गोरे गोरियां अकाल पुरख की उस्तत कर रहे होण और इस भावना ना कर रहे होण कि इलाज असी करन चलिया, हे परमेश्वर तू साडे अंदर वसी ते इन्हां मरीजां का इलाज करी, उह जे वेले बहुत लोगों नू तुहाडे तों तकलीफ आ। शायद बहुत लोगों नू नहीं पता होगा, कई बार जिहड़े कीर्तनी आ रहे ने किसी का स्कूटर पुलिस फड़ के बंद कर देंदी आ, लेकिन इन्हां दी अपने गुरु के प्रति वचनबद्धता है जो साडियां परंपरावां वास्ते सानू हर सूरत अंदरों निभाउणी आ। ज्ञानी रणजीत सिंह जी हैड ग्रंथी साहब या ग्रंथी साहिबान, आपां ते सगों घर बैठ के इन्हां दी सेहत जापता वास्ते गुरु चरणा च अरदास करिए, बेनती करिए। ओ सेवादार साहिबान जिहड़ी इस महामारी ने भुख दे ही महामारी का रूप धारण कर लिया, जिहड़े उन्हां दे मूँह च अन्न पाउण वास्ते एक लंगर हॉलों के अंदर वड्डे पद्धर ते संगत दे इंतजाम करके भेज रहे ने, उन्हां दी अरदास करिए, हे परमात्मा इन्हां ते रहम करियो, कृपा करियो जे, इन्हां नूं तंदुरुस्ती बख्शियो जे, ते साडी कौम दी पत रखियो पड़दे कजियो जे। गुरुद्वारा कमेटी एक बहुत वड्डा प्रबंध आ, गुरुद्वारा बंगला साहब, गुरुद्वारा सीसगंज साहब, मालक का आप निवास आ इत्थे, ये जो गुरुद्वारा कमेटी करती पई आ सारे नैशनल चैनलों ते दुनिया के अंदर वड्याई हो रही आ, ये कोई साडे करन करके नहीं हो रही, साडी हैसियत ही नहीं हैगी, कीड़ी की भी कोई हैसियत होगी साडी उन्नी भी हैसियत नहीं हैगी। ये तो गुरु हरकृष्ण पातशाह जी की वड्याई है, वह अपने इस दर घर ये मालिक आप अपनी वड्याई लैंदा है, आप अपने कार्ज कराउंदा ते वड्याई अपने सेवादारां दी झोली पा दिंदा है। असी जो भी लंगर दी जिन्नी भी सेवा है वह सारी सरकार के माध्यम तो करते पए, क्यों? क्योंकि रब ना करे कोई जी जिथे लंगर पहुंचा होवे उस इलाके का जी कोई ग्रस्त होवे, कल नूं साडे तो लोग सवाल करन लग पैणगे, लोग कहणगे जी इन्हां ने अपनी वाहवा ही पिछे शायद कम कर दिता। मैं दिल्ली की संगत दे उन्हां सारे जथेबंदियां जिथे धन्नवाद करदा, उन्हां दे चरणां च बेनती करदा, सेवा करो पर प्रशासन नूं नाल लैके। जे तुहानूं लोकल पुलिस, लोकल डिप्टी कमिश्नर, लोकल SDM तुहानूं लिस्ट प्रोवाइड करता है कि सानूं इत्थे लंगर पहुँचाओ तां लंगर लैके जाओ, मैं उन्हां सारिआं दा धन्नवाद करदा है जिहड़े अपनी पार्टी तों उपर उठ के अपना
एक दूजे के वास्ते नहीं बल्कि अपने गुरु वास्ते, अपनी सिक्खी वास्ते, अपनी दस्तार वास्ते, इस कौम की शान वास्ते, गुरु साहिबाना दे इन्हां महान गुरु धामा की यह जो बहुत वड्डी मानवता के अंदर एक विश्वास आ, दुनिया के अंदर इसका विश्वास आ, उसनू विश्वास कायम रहे, उहदे वास्ते एकजुट होकर जो तुसीं साडा सहयोग दे रहे जे, मैं आप सारे इन्हां दिल्ली दे, देश दे, दुनिया भर के लोगों के चरणों के अंदर सीस नवा के शुकराना अदा करदा है। अज दे समय दे विच जिथे पंथ दे रागी साहिबान, ग्रंथी साहिबान, सेवादार साहिबान गुरु घरां दे विच सेवा करन वाली अपनियां ड्यूटियां निभा रहे हन, उत्थे ही प्रबंधकां दा भी फर्ज बनता है कि उन्हां दीआं सेफ्टी दा भी ध्यान रख्या जाए। मैं समझदा कि साडे सारिआं दा फर्ज बनता है कि असी इह सेवा निभा रहे सारे वीरां दा ध्यान रखिए और कौम दे विच खास तौर ते कोई ऐसी अफवाहां वाली गल ना फैलाईए जिहदे दे नाल सानूं लोकां नूं नमोशी होए। साडा फर्ज बनता है इस दुख दी घड़ी दे विच, इस औखी घड़ी दे विच एक दूजे दे सहयोगी बनीए। दिल्ली सिख गुरद्वारा प्रबंधक कमेटी अपना जिहड़ा फर्ज निभा रही है, जिहड़ी उहदी प्रति ड्यूटियां ने, साडे सारे मैंबर साहिबान मिल के इस ड्यूटी नूं बखूबी पूरा कर रहे हन। थां थां दे उत्ते जिथे लोगों को लंगर नहीं है उन्होंने पहुँचाने की गल की जा रही है, जिथे सरकारी सेवावां की लोड़ पै रही है असी सरकारां दा भी सहयोग कर रहे हैं, जिथे डॉक्टर्स नूं लोड़ पै रही है असी डॉक्टर्स का भी प्रबंध कर रहे हैं, उन्होंने रहन का भी प्रबंध कर रहे हैं। एफओ जी औखी घड़ी दे विच साडा सहयोग जिथे संगतां ने दिता उत्थे बहुत ही वड्डियां संपर्दावां ने भी साडा साथ दे रही हैं, मैं उन्होंने भी तय दिलों धन्यवाद करदा। बाबा अमृतपाल सिंह जी टिकाणा साहब वालियां ने बहुत वड्डा सहयोग किया, मैं उन्हां दा धन्नवाद करदा। एम एम पाल गोल्डी जी जिहड़ी हर वक्त दे उत्ते गुरु घर दीआं सेवां दे विच हमेशा अगे वध चढ़ के हिस्सा पाउंदे ने, उन्हां दे परिवार वालों भी बहुत वड्डी सेवावां आईआं। ऐसे कई परिवार ने जिहड़े वध चढ़ के अगों सहयोग कर रहे ने, चाहे माली माया दा सहयोग कर रहे हन, चाहे रसद दा सहयोग कर रहे हन, मगर इस गल नूं असीं बिल्कुल यह देख रहे हाँ कि एक एक घर तक, क्योंकि ये दसवंध चो कढ़े गए पैसे हैं कि हर उस लोड़वंद तक पहुँचन। सो जिथे एफओ जे वीर सहयोग भी कर रहे हैं और कई लोगों ने इस गल को पोलीटिकल भी बनाने की कोशिश की है, सो मैं उन्होंने चरणों के भी बेनती कराँगा कि एफओ जी गलों तो गुरेज आईए, अज पंथ इकट्ठा होए, सो आओ अज सारे मिल के लोड़ है गुरु चरणा च अरदास करिए कि सारा पंथ, सारी दुनिया इस बीमारी तो दूर होवे। दिल्ली सिख गुरुद्वारा प्रबंधक कमेटी वालों कोरोना वायरस के मद्देनज़र लोगों की मदद की जा रही है। इस तहत दिल्ली कमेटी के जनरल सकत्तर हरमीत सिंह कालका की अगवाई कमेटी आगुआ वालों गुरु तेग बहादुर इंस्टीट्यूट ऑफ टैक्नोलॉजी रजौरी गार्डन विखे लंगर तैयार किया जा रहा है जो लोड़वंदां लई वरताया जा रहा है। कालका जी ने कहा कि जब तक लोड़ होगी तद तक सिखा वालों लंगर की सेवा जारी रहेगी। दिल्ली सिख गुरद्वारा प्रबंधक कमेटी वालों कोरोना वायरस के मद्देनज़र लोगों की मदद की जा रही है। इस तहत दिल्ली कमेटी के जनरल सकत्तर हरमीत सिंह कालका की अगवाई कमेटी आगुआ वालों गुरु तेग बहादुर इंस्टीट्यूट ऑफ टैक्नोलॉजी रजौरी गार्डन विखे लंगर तैयार किया जा रहा है जो लोड़वंदां नूं वरताया जा रहा है। कालका ने कहा कि जब तक लोड़ होगी तद तक दिल्ली कमेटी वालों लंगर सेवा जारी रहेगी। उन्होंने कहा कि होर गुरद्वारा साहबान च भी दिल्ली कमेटी वालों लंगर निरंतर तैयार किया जा रहा है। दिल्ली सिख गुरुद्वारा प्रबंधक कमेटी ने जिथे सुक्की रसद लोगों के घर तक पहुँचाने की जिम्मेवारी ली सी, असी फैसला किया तकरीबन 10 to 15,000 लोगों के घर असी रोज़ का खाना पहुँचावे और मैंबरस नूं रसद पहुँचाई गई और उन्होंने अपने घर इलाकों के मंडी जा रही है। उत्थे फैसला लिया कि तकरीबन 1,00,000 बंदे के करीब असी रोज़ खाना लंगर बनाने की गल की है और असी जिसते हुण जी टी बी खड़े हैं जिहड़ा वैस्ट दिल्ली नूं सारा फीड कर रहा है, 20 to 25,000 बंदे नूं इत्थों लंगर बन के जा रहे हैं। एफ ओ जी असी 5 ज़ोन बनाए ने और हर जगह के उत्ते लोगों नूं घर घर तक लंगर पका के उत्थे पहुँचाने की गल की है प्रशासन के थ्रू, जो कि लोगों नूं असी आप बार लंगर लावांगे तो असी साडा कंट्रोल भी नहीं होएगा और जिहड़ा सरकार ने कदम चुके ने सोशल डिस्टेंसिस दे वो पूरे नहीं हो सकनगे। सो असी कोशिश कर रहे हैं कि प्रशासन जिथे सानू डीसी साहब जिथे SDM इत्थे लोकल कहिंदे ने असी उन्हां नूं करा रहे हैं लंगर प्रोवाइड करा रहे हैं और साडे नाल इस वैसट दिल्ली तो जिन्हें भी साडे मैंबर साहब ने साडे बहुत ही सीनियर मैंबर सरदार अमरजीत सिंह जी पप्पू उन्हां दी निगरानी च क्योंकि उन्हां दा एरिया पैंदा और इत्थों दे काउंसलर भी ने सरदार जसप्रीत सिंह जी विक्की मान साडे यूथ दे और सरदार रमिंदर सिंह स्वीटा सरदार गुरमीत सिंह जी भाटिया सरदार हरजीत सिंह जी पप्पा
ਸਰਦਾਰ ਨਵਨੀਤ ਸਿੰਘ ਬਾਵਾ, ਸਰਦਾਰ ਨਿਸ਼ਾਨ ਸਿੰਘ ਮਾਨ ਔਰ ਸਰਦਾਰ ਹਰਜੀਤ ਸਿੰਘ ਬੇਦੀ ਮੰਕੂ ਸਾਹਿਬ, ਸਾਰੇ ਮੈਂਬਰਾਂ ਨੇ ਆਪਣੀ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਇਹ ਗੱਲ, ਕਿਉਂਕਿ ਇਹ ਜਿਹੜਾ ਦਸਵੰਤ ਲੋਕਾਂ ਨੇ ਕੱਢ ਕੇ ਭੇਜਿਆ ਉਹਦਾ ਕਿਧਰੇ ਮਿਸਯੂਜ਼ ਨਾ ਹੋ ਸਕੇ, ਇਸ ਕਰਕੇ ਘਰ ਘਰ ਤੱਕ ਲੋੜੀਂਦਾ ਬੰਦਿਆਂ ਨੂੰ ਇਹ ਰਸਦ ਪਹੁੰਚਾਈ ਜਾਏ, ਇਹ ਲੰਗਰ ਪਹੁੰਚਾਇਆ ਜਾਏ। ਸੋ ਗੁਰੂ ਕੇ ਲੰਗਰ ਅੱਜ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਤੱਕ ਪਹੁੰਚ ਰਹੇ ਨੇ ਔਰ ਮੈਂ ਸਮਝ ਰਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਜਿਹੜਾ ਫਰਜ਼ ਸਮਝਦੇ ਹੋਏ ਲੋਕਾਂ ਦੀ ਸੇਵਾ ਸ਼ੁਰੂ ਕੀਤੀ ਹੈ। ਇਹ ਸਾਰੇ ਜਿੱਥੇ ਵੋਲੰਟੀਅਰਸ ਦਾ ਧੰਨਵਾਦ ਕਰਦੇ ਹਾਂ, ਉਸ ਤਰ੍ਹਾਂ ਹੀ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਰਸਦ ਔਰ ਮਾਇਆ ਦੇ ਰਹੇ। ਪਿਛਲੇ ਕਈ ਦਿਨਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਕਰੀਬਨ 1 ਲੱਖ ਪ੍ਰਾਣੀ ਲਈ ਲੰਗਰ ਜਿਹੜਾ ਬੰਗਲਾ ਸਾਹਿਬ, ਸੀਸਗੰਜ ਸਾਹਿਬ, ਨਾਨਕ ਪਿਆਓ ਸਾਹਿਬ ਔਰ GTVI ਇਹਨਾਂ ਦਾ ਬਣ ਕੇ ਸਾਡੇ ਮੈਂਬਰ ਸਾਹਿਬਾਨ ਖੁਦ ਜਾਂਦੇ ਨੇ ਜਿਹੜੇ ਜ਼ਰੂਰਤਮੰਦ ਨੇ। ਔਰ ਸਾਡੀ ਕੋਸ਼ਿਸ਼ ਹੈ ਕਿ ਦਿੱਲੀ ਦੇ ਅੰਦਰ, ਰਾਜਧਾਨੀ ਦੇ ਅੰਦਰ ਕੋਈ ਵੀ ਪ੍ਰਾਣੀ ਜਿਹੜਾ ਭੁੱਖਾ ਨਾ ਸੋਏ, ਉਹ ਸਾਡੇ ਵਲੰਟੀਅਰ ਔਰ ਮੈਂਬਰ ਸਾਹਿਬਾਨ ਖੁਦ ਜਾ ਕੇ ਇਹ ਸੇਵਾ ਕਰ ਰਹੇ ਨੇ। ਔਰ ਜਿਹੜਾ ਕੱਚੀ ਰਸਦ ਵੀ ਹੈ ਉਹ ਮੈਂਬਰ ਸਾਹਿਬਾਨ ਨੂੰ ਦਿੱਤੀ ਗਈ, ਉਹ ਆਪਣੇ ਇਲਾਕੇ ਦੇ ਜਿਨ੍ਹਾਂ ਨੂੰ ਲੋੜਵੰਦ ਨੇ ਉਹਨਾਂ ਨੂੰ ਸਾਡੇ ਮੈਂਬਰ ਸਾਹਿਬ ਜਾ ਕੇ ਖੁਦ ਦੇ ਕੇ ਆ ਰਹੇ ਨੇ। ਔਰ ਮੈਂ ਧੰਨਵਾਦੀ ਹਾਂ ਉਹਨਾਂ ਸੰਗਤਾਂ ਦਾ ਜਿਹੜੇ ਦਿਲ ਖੋਲ੍ਹ ਕੇ ਸਾਨੂੰ ਰਸਦ ਔਰ ਪੈਸੇ ਰਾਹੀਂ, ਅਸੀਂ ਆਪਣਾ ਅਕਾਊਂਟ ਨੰਬਰ ਦਿੱਤਾ ਹੋਇਆ ਬੈਂਕ ਦਾ, ਉਹਦੇ ਸਾਨੂੰ ਪੈਸੇ ਭੇਜ ਰਹੇ ਨੇ, ਮੈਂ ਉਹਨਾਂ ਦੇ ਧੰਨਵਾਦੀ ਹਾਂ। ਔਰ ਮੈਂ ਇਹ ਆਸ ਕਰਨਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਇਸ ਤਰ੍ਹਾਂ ਹੀ ਵਾਹਿਗੁਰੂ ਨਾ ਕਰੇ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਏ, ਦਿੱਲੀ ਕਮੇਟੀ ਹਰ ਵਕਤ ਸੇਵਾ 'ਚ ਹਾਜ਼ਰ ਹੋਏਗੀ। ਜੋ ਵੀ ਸਾਡੇ ਲਾਇਕ ਹੋਰ ਸਰਕਾਰ ਜਾਂ ਪ੍ਰਸ਼ਾਸਨ ਸੇਵਾ ਲਾਏਗਾ, ਅਸੀਂ ਉਹ ਜ਼ਰੂਰ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ 200 ਤੋਂ ਵੱਧ ਲੋਕਾਂ ਨੂੰ ਠਾਹਰ ਅਤੇ ਖਾਣਾ ਦੇਣ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਮਜਨੂੰਘਾਟ ਟਿੱਲਾ ਦੀ ਮੈਨੇਜਮੈਂਟ ਕਮੇਟੀ ਖਿਲਾਫ਼ ਪਰਚਾ ਦਰਜ ਕਰਨ 'ਤੇ ਦਿੱਲੀ ਸਰਕਾਰ ਦੀ ਤਿੱਖੀ ਆਲੋਚਨਾ ਕਰਦੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਮੰਗ ਕੀਤੀ ਕਿ ਉਹ FIR ਕੈਂਸਲ ਕਰਵਾਉਣ। ਉਹਨਾਂ ਪੂਰੇ ਮਾਮਲੇ 'ਤੇ ਜ਼ਿਕਰ ਕਰਦੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਵਾਲਿਆਂ 'ਤੇ FIR ਦਰਜ ਕਰਾਉਣਾ ਅਣਮਨੁੱਖੀ ਹੈ। 205 ਲੋਕਾਂ ਨੂੰ ਠਹਿਰ ਅਤੇ ਖਾਣਾ ਦੇਣ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਮਜਨੂੰਘਾਟ ਟਿੱਲਾ ਦੀ ਮੈਨੇਜਮੈਂਟ ਕਮੇਟੀ ਖਿਲਾਫ਼ ਪਰਚਾ ਦਰਜ ਕੀਤਾ ਗਿਆ, ਜਿਸ ਦੀ ਦਿੱਲੀ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਨਿਖੇਧੀ ਕੀਤੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਗੁਰਦੁਆਰਾ ਮਜਨੂੰਘਾਟ ਟਿੱਲਾ ਦੀ ਪ੍ਰਬੰਧਕ ਕਮੇਟੀ ਨੇ ਉਹਨਾਂ ਰਾਹਗੀਰਾਂ ਨੂੰ ਠਹਿਰ ਅਤੇ ਖਾਣਾ ਦਿੱਤਾ ਸੀ ਜੋ ਲੋਕਡਾਊਨ ਕਾਰਨ ਦਿੱਲੀ 'ਚ ਫਸ ਗਏ ਸਨ। ਕਮੇਟੀ ਵੱਲੋਂ ਗੁਰਦੁਆਰਾ ਸਾਹਿਬ 'ਚ ਚੰਗੇ ਪ੍ਰਬੰਧ ਕਰਕੇ ਉਹਨਾਂ ਲੋਕਾਂ ਨੂੰ ਰੱਖਿਆ ਗਿਆ। ਇਹ ਉਹ ਲੋਕ ਸਨ ਜੋ ਆਪੋ ਆਪਣੇ ਘਰਾਂ 'ਚ ਜਾਣ ਲੱਗੇ ਸਨ ਅਤੇ ਲੋਕਡਾਊਨ ਤੋਂ ਬਾਅਦ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਰੁੱਖ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦਿਆਂ ਇਹਨਾਂ ਲੋਕਾਂ ਨੂੰ ਲੰਗਰ ਛਕਾਇਆ ਗਿਆ ਅਤੇ ਰਿਹਾਇਸ਼ ਵੀ ਮੁਹੱਈਆ ਕਰਵਾਈ ਗਈ। ਦਿੱਲੀ ਕਮੇਟੀ ਵੱਲੋਂ ਜ਼ਿੰਮੇਵਾਰੀ ਦੀ ਜਿਸ ਤਰ੍ਹਾਂ ਪਾਲਣਾ ਕੀਤੀ ਗਈ ਉਸ ਦੀ ਹਰ ਕਿਸੇ ਨੇ ਤਾਰੀਫ ਕੀਤੀ। ਇਸ ਤੋਂ ਬਾਅਦ ਇਹਨਾਂ ਲੋਕਾਂ ਨੂੰ ਬੱਸਾਂ ਦੇ ਜ਼ਰੀਏ ਦਿੱਲੀ ਦੇ ਨਹਿਰੂ ਵਿਹਾਰ ਦੇ ਇੱਕ ਸਕੂਲ 'ਚ ਸ਼ਿਫਟ ਕੀਤਾ ਗਿਆ। ਇਸੇ ਸਕੂਲ ਵਿੱਚ ਕੁਆਰੰਟੀਨ ਸੈਂਟਰ ਬਣਾਇਆ ਗਿਆ। ਇੱਥੇ ਵੀ ਕਮੇਟੀ ਵੱਲੋਂ ਇਹਨਾਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ, ਪਰ ਕੁਝ ਸਿੱਖ ਵਿਰੋਧੀਆਂ ਵੱਲੋਂ ਇਸ ਮਾਮਲੇ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਪ੍ਰਬੰਧਕਾਂ ਉੱਤੇ ਕਾਨੂੰਨਾਂ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਾਉਂਦਿਆਂ FIR ਦਰਜ ਕੀਤੀ ਸੀ। ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਰਦੁਆਰਾ ਬੰਗਲਾ ਸਾਹਿਬ 'ਚ ਸੰਬੋਧਨ ਕਰਦੇ ਇਸ ਮਾਮਲੇ ਦੀ ਨਿਖੇਧੀ ਕੀਤੀ ਹੈ। ਉਹਨੇ ਕਿਹਾ ਕਿ ਗੁਰਦੁਆਰਾ ਮਜਨੂੰਘਾਟ ਟਿੱਲਾ ਵਿਖੇ ਲੋਕਾਂ ਨੂੰ ਖਾਣਾ ਅਤੇ ਠਹਿਰ ਮੁਹੱਈਆ ਕਰਵਾਈ ਗਈ ਅਤੇ ਉਹਨਾਂ ਦੇ ਰੱਖ ਰਖਾਅ ਦਾ ਮੁਕੰਮਲ ਪ੍ਰਬੰਧ ਕੀਤਾ ਗਿਆ ਸੀ, ਜਿਸ ਬਾਬਤ ਦਿੱਲੀ ਅਤੇ ਪੰਜਾਬ ਸਰਕਾਰ ਨੂੰ ਇਤਲਾਹ ਕੀਤੀ ਸੀ ਕਿ ਉਹ ਇੱਥੇ ਫਸੇ ਲੋਕਾਂ ਨੂੰ ਉਹਨਾਂ ਦੇ ਘਰੋਂ ਘਰੀ ਪਹੁੰਚਾਉਣ। ਪਰ ਇਸ ਮਾਮਲੇ 'ਚ ਕਿਸੇ ਸਰਕਾਰ ਨੇ ਕੋਈ ਚਾਰਾਜੋਈ ਨਹੀਂ ਕੀਤੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਲੋੜਵੰਦਾਂ ਦੀ ਮਦਦ ਕਰਨ ਵਾਲੀ ਕਮੇਟੀ ਉੱਤੇ ਹੀ ਮੁਕੱਦਮਾ ਦਰਜ ਕੀਤਾ, ਜੋ ਮੰਦਭਾਗ ਹੈ। ਆਪ ਜੀ ਨੇ ਕੱਲ੍ਹ ਦਾ ਇੱਕ ਵਿਸ਼ਾ ਦੇਖ ਰਹੇ ਜੇ, ਬੜਾ ਕੂੜ ਪ੍ਰਚਾਰ ਕੀਤਾ ਗਿਆ। ਗੁਰਦੁਆਰਾ ਮਜਨੂੰਘਾਟ ਟਿੱਲਾ ਜੋ ਗੁਰਚਰਨ ਛੋਹ ਸਥਾਨ ਆ, ਗੁਰੂ ਸਾਹਿਬ ਪਵਿੱਤਰ ਸਥਾਨ, ਮੈਂ ਉਸਦੀ ਆਪ ਨੂੰ ਜਾਣਕਾਰੀ ਸੰਗਤ ਨੂੰ ਦੇਣਾ ਚਾਹੁੰਦਾ ਹੈ। ਸਾਡੇ ਹੀ ਇੱਕ ਬਹੁਤ ਜ਼ਿੰਮੇਵਾਰ ਵਿਅਕਤੀ ਨੇ ਮੀਡੀਆ ਦੇ ਅੰਦਰ ਇਹ ਅਫਵਾਹ ਫੈਲਾਈ ਕਿ ਗੁਰਦੁਆਰਾ ਸੀਲ ਕਰ ਦਿੱਤਾ ਗਿਆ। ਮੈਂ ਕਿਸੇ ਦੋਸ਼ ਵਿਦੋਸ਼ 'ਚ ਨਹੀਂ ਪੈਣਾ, ਇਸ ਕਰਕੇ ਮੈਂ ਉਸਦੀ ਚਰਚਾ ਵੀ ਨਹੀਂ ਕਰਨੀ, ਪਰ ਵਕਤ ਆਉਣ 'ਤੇ ਮੈਂ ਆਡੀਓ ਰਿਕਾਰਡ ਔਰ ਵੀਡੀਓ ਰਿਕਾਰਡ ਕਰਕੇ ਲਿਆਇਆ, ਮੈਂ ਜਨਤਕ ਕਰੂੰਗਾ। ਮੈਨੂੰ ਹੈਰਾਨਗੀ ਇਸ ਗੱਲ ਦੀ ਆ, 29 ਤਰੀਕ ਨੂੰ ਕੁਛ ਯਾਤਰੂ ਜਿਹੜੇ ਕਿ ਪੈਦਲ ਚੱਲੇ, ਕੋਈ ਨੋਇਡਾ ਤੋਂ ਆ ਰਿਹਾ ਏ, ਕੋਈ ਫਰੀਦਾਬਾਦ ਤੋਂ ਆ ਰਿਹਾ ਏ, ਔਰ ਬਕਾਇਦਾ TV ਚੈਨਲ ਨੂੰ ਇੰਟਰਵਿਊ ਚਲਾਈ ਜਿਨ੍ਹਾਂ ਨੇ ਕਿਹਾ ਕਿ ਅਸੀਂ ਪੰਜਾਬ ਜਾਣ ਵਾਸਤੇ ਜਾ ਰਹੇ ਹਾਂ, ਔਰ ਉਹ ਮਜਨੂੰਘਾਟ ਟਿੱਲੇ ਪਹੁੰਚਦੇ ਨੇ 29 ਤਰੀਕ ਨੂੰ। ਜਿਹੜੇ ਲੋਕ 29 ਤੋਂ ਪਹਿਲਾਂ ਪਹੁੰਚੇ ਸੀ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 4 ਬੱਸਾਂ ਭੇਜ ਕੇ ਔਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ 2 ਇੱਥੋਂ ਬੱਸਾਂ ਦੇ ਕੇ ਉਹ ਸਾਰੇ ਯਾਤਰੂ ਨੂੰ ਪੰਜਾਬ ਪਹੁੰਚਾ ਦਿੱਤਾ। ਇਹ ਲੋਕ 29 ਤਰੀਕ ਨੂੰ ਆਏ, 29 ਤਰੀਕ ਨੂੰ ਸਾਡੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਬਕਾਇਦਾ ਰਿਟਰਨ 'ਤੇ SHO ਮੋਲ ਟਾਊਨ ਨੂੰ ਲਿਖਤੀ ਤੌਰ 'ਤੇ ਇਹ ਬੇਨਤੀ ਕੀਤੀ ਕਿ ਸਾਡੇ ਕੋਲ ਕੁਛ ਯਾਤਰੂ ਪਹੁੰਚੇ ਨੇ ਜੋ ਕਿ ਪੰਜਾਬ ਦੇ ਨਿਵਾਸੀ ਨੇ, ਉਹਨਾਂ 'ਚ ਹਿੰਦੂ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ, ਉਹ ਰਾਹਗੀਰ ਨੇ ਔਰ ਉਹਨਾਂ ਨੇ ਆ ਕੇ ਇੱਥੇ ਸ਼ਰਨ ਲਈ ਆ, ਉਹ ਪੰਜਾਬ ਜਾਣਾ ਚਾਹੁੰਦੇ ਨੇ। ਅਗਰ ਸਾਨੂੰ ਪ੍ਰਸ਼ਾਸਨ
इजाजत देवे तो असी अपनी तीन गड्डिया के नंबर लिख के तो एस एच ओ तो इजाजत मंगी कि असं उन्होंने छड़ के आना चाहते हैं। एस एच ओ ने उसकी इजाजत देने तो मना करता कि बॉर्डर सील असी कुछ नहीं कर सकते। ये 29 तरीक की घटना है। 30 तरीक जो मैंने दसिया मैं क्या लिस्ट बना लो, मैं 30 तरीक नूं पंजाब सरकार नूं इसकी जानकारी दी और कैप्टन अमरिंदर सिंह जी जे मुख्यमंत्री साहब के ट्विटर हैंडल से भी इसकी जानकारी दी। 31 तरीक नूं मैं इसकी जानकारी फिर तो दिल्ली सरकार दे भी और कैप्टन अमरिंदर सिंह जी दे दोबारा तो ट्वीट करके उन्होंने बेनती की, उन्होंने लोगों ने भी और टीविया भी यह खबर चली। इस दौरान 31 तरीक शाम नूं एक बहुत वड्डा चैनल ने आके बकायदा मजनू का टीला कवर किया। वो एंकर यह कहता है कि देखो आज इतने बड़े मसले बन रहे हैं धर्म के, हम आपको एक मिसाल दिखाना चाहते हैं गुरुद्वारा मजनू के टीले में। और वो गुरुद्वारा साहब के अंदर आते हैं हॉल के अंदर, वो वीडियो दिखाते हैं कि किस तरह जिहड़े यात्रु आए ने कितना सोशल डिस्टेंसिंग मेनटेन की जा रही है और कितना उन्होंने लंगर वास्ते भी सोशल डिस्टेंसिंग का सारा मसला। वो वीडियो इन्ने प्रभावित करने वाली वीडियो आ, उसने सिख जगत की सूझवंती, सिख जगत की सोच, सिख जगत दीआं परंपरावां और गुरसिखां नूं आउण वाले राहगीर होण भावें वह कोई जरूरतमंद होवे उहदी कितना अमदाद की जाती है, वह 1.5-2.5 मिनट के 3 मिनट की वीडियो अंदर दिखाया। यह देखण तो बाद शायद बहुत लोगों नूं बर्दाश्त नहीं होया, अग लग उठी होगी कि इन्नी प्रशंसा हो रही है सिख कौम की, मतलब शरधालुआं नूं भी संभालते हैं पर अज राहगीरी लोगों नूं संभाल रहे थे उन्होंने भी इन्ना वधिया संभाल रहे हैं। इन्होंने 1 तरीक नूं आके दिल्ली सरकार ने साडे बंगला गुरद्वारा मजनू का टीला आउंदे ने और बसा लैके आते हैं, उन्होंने सबू उतों गड्डा बसा च पटा के लै जाते हैं और खबर ये चलाते हैं कि गुरुद्वारा सील कर दिता गया। ये भी खबर चलाई गई कि गुरुद्वारा साहब के अंदर COVID-19 जो करोना वायरस के मरीज ने, मैं दसना चाहना गुरु साहब की हाजिरी इस चैनल के माध्यम तो सारिया के टैसट होए, सारे टैसट की रिपोर्ट मेरे फोन अंदर आ, बकायदा एस एच ओ ने रिपोर्ट भेजी, किसी के अंदर कोई भी ना बीमारी सी ते ना कोई ग्रस्त सीगा, लेकिन सानू बदनाम करना सीगा। और इतों तक गए उन्होंने लोगों जिथे स्कूलों बंद किया गया है, वो इन्नी गंदी जगह पर नरक के बराबर जगह पर भेजा गया और फिर साड़ी जिम्मेवारी ली गई कि तिने वेले का लंगर तुसी छकाओगे उन्होंने, असी उन्होंने चाह लंगर पाने का सब फिर भी इंतजाम कर रहे हैं। ये दिल्ली सरकार के SDM बकायदा लिखती तौर पर कहते हैं कि इन्हों मजनू टीला के खिलाफ कार्रवाई करो, इन्हों गड्डिया भी इंपाउंड करो जिन्होंने ये वॉयलेशन की, यह वॉयलेशन आ। मतलब एक पासे देश के प्रधानमंत्री नरेंद्र मोदी जी कह रहे हैं कि जिहड़ा जिथे उत्थे टिकिया रहे असी उन्होंने संभालते हैं, एक पासे आनंद विहार अंदर गाजीपुर अंदर 1 लाख आदमी पहुंच जाता, 1 लाख आदमी, पर अरविंद केजरीवाल किसी तो मुकदमा दर्ज नहीं करते। इत्थे आके 205 लोग वह भी अलग अलग सरावान के अंदर अलग अलग हॉलों च रोके गए हैं तो साढ़े ते मुकदमा दर्ज किया जाता है। सानू मुकदमे की नहीं गल हैगी, गल लोगों की भावना की आ। 1 लाख लोगों का एक वेले का लंगर सरकार लिख के SDM जिथे दिल्ली के MLA अपनी चिट्ठिया लिख लिख के जितों लै रहे हो उस संस्था के उत्ते मुकदमा दर्ज कर लग्या, एहसान फरामोशी की इंतहा हो जाती है। और मुकदमा उस संस्था से किया जेडे डाक्टर धक्के मार के लोगों को बाहर कढ़ दिते, नर्सा घर तो भजा दतिया कि तुम होस्पिटल च रेंदे जे साडे घर च बीमारी लेके आओगे, जिस संस्था ने जिस गुरु घर ने उन डॉक्टरों नू नर्सा नू पनाह दिती होवे, अपनियां सरावां दे दरवाजे खोल दिते उन्हां दे वास्ते, उस संस्था ते मुकदमा दर्ज किया है। उस संस्था ते मुकदमा दर्ज किया है जिस संस्था ने उही गुरुद्वारा मजनू का टीला इस दिल्ली की सरकार नू खुद अपने आप आइसोलेशन बेस बनाने वास्ते क्वारंटीन करने वास्ते लोगों नू खुद दिती सी सरां और वो हॉल कि जिन्ने लोगों की लोड़ है इत्थे आके क्वारंटीन करो, उस संस्था के उत्ते इल्जाम लगा के कि इन्होंने एक रिलीजियस कट किया, इन्हें मुकदमा दर्ज करो। सब तो पहला तो मैं धन्यवाद करना चाहना है सरदार KBR सिद्धू साहब का, सीनियर मोस्ट IAS अफसर का। मैं उन्होंने ट्वीट देखा, मैनू लगा कि वाकई भावना अजे भी हैगी आ। उन्होंने अपने ट्वीट से गल कही, अच्छा होंदा अगर गुरुद्वारा मजनू का टीला नू ही क्वारंटेन बेस बना देंदे, उन्हों आइसोलेशन बेस बना दे, उस तो वधिया जगह नहीं हो सकती सी, एक गलत किया काम इन्होंने। खालसा जी, बहुत लोग इस नाल मनोबल टुटिया, साढ़े स्टाफ का बड़ा मनोबल टुटिया, मैनू सारे गुरुद्वारा साहिबाना च आप आना पिया, कल मैं बंगला साहब च भी आप आया, मजनू के टीले भी गया, रकाबगंज क्यों स्टाफ कहता जी नहीं, जे कोई तुहाडे नाल ये काम कर सकते ने ये साढ़े तो किस मूँह आके लंगर मंगते हैं, मैं कह नहीं, मैं खुद बंगला साहब भी आया, खुद
मजनू के टीले भी गया। मैं क्या ये परंपरावां असी तय नहीं कीतियां? इस धरती ने गुरु तेग बहादुर साहब की शहादत हुई आ, इस धरती से लोगों ने साडे गलां च टायर पा के अग लाई आ, पर इन्हां सारियां चीजां ने सानू अपनी परंपरावां तो सानू अपने गुरु के ओट आसरे विश्वास तो उस गुरु साहब के चरणों तो सानू दूर नहीं कर सकियां। ये परंपरा असी नहीं तय की, गुरु नानक देव पातशाह जी की हुई परंपरा, ये हर सिख का इस पर पहरा देना फर्ज बनता है। बस मैं आप संगत चरणों एक बेनती करना चाहना कि जेड़ा भी ये सेवा निभा रहे ने पूरे देश के अंदर, खास तौर पर हिंदुस्तान के अंदर जोड़े लोग सेवा निभा रहे ने, मेरी हाथ जोड़ के उन्होंने चरणों से बेनती आ, जरूर सेवा निभाओ। साडा फर्ज बनता है मानवता की सेवा करना, पर लोकल प्रशासन नू नाल लेके, लोकल एस डी एम की जिम्मेवारी नाल, लोकल एस एच ओ नू कह के कि इत्थे असीं सेवा निभा रहे हाँ, क्यों जो मेरे वर्गे ते मुकदमा दर्ज कर सकते हैं तो तुहाडे ते ते कदी भी कर सकते हैं। और मैं देश भर के सिखां दा, दुनिया भर के सिखां दा धन्नवाद करदा हां जिन्हां ने कल साडा ये साथ दिता। कल और परसों जो साडे ते हमला किया गया सीगा, ये मजनू के टीले गुरुद्वारा साहब नू लैके जिहड़ा मुकदमा फिर दर्ज किया गया साडे ते, जिन्हां परिवारां ने जिन्हां साडे सिखां वीरां ने साडा साथ दिता है, मैं सीस नवा के उन्हां दा धन्नवाद करदा। दिल्ली सिख गुरुद्वारा प्रबंधक कमेटी की सीनियर मीत प्रधान बीबी रणजीत कौर वालों हरिनगर इलाके में लोड़वंदा लई लंगर लाया गया। इसे तरह दिल्ली सिख गुरुद्वारा प्रबंधक कमेटी के मैंबर परमजीत सिंह राणा वालों भी बलजीत नगर विखे दिल्ली सिख गुरुद्वारा प्रबंधक कमेटी वालों सुक्का राशन वंडिया गया। दिल्ली सिख गुरुद्वारा प्रबंधक कमेटी की सीनियर मीत प्रधान बीबी रणजीत कौर वालों इसत्री अकाली दल के सहयोग नाल हरिनगर इलाके च लोड़वंदा लई लंगर लगाया गया। उन्हां वध चढ़ के लंगर च सेवा की। इस मौके उन्होंने कहा कि उन्होंने वालों लोगों की हर संभव मदद की जा रही है। उन्होंने भी कहा कि उन्होंने वालों लोड़वंदा नूं राशन भी वंडाया जाएगा। कोरोना वायरस महामारी पूरे संसार में फैली हुई है, पहले तो सच्चे पातशाह अगे अरदास करते हैं कि यह बीमारी तो सारे निजात पा, सारे ठीक हो। तो ये वास्ते जिस तरह असी एक निमानी जी कोशिश की है कि जेडे लोग दिहाड़ीदार सी या मजदूर से जोड़े रोज़ कमा के खाते सी, हुण उन्हां दा सारा जरिया कमाई का खत्म हो गया। तो उहदे विच आपां सारे मिल के साडी अंतहीन सोसायटी और किले वाले महाराज का डेरा हैगा नवें शाहपुरे, उन्हां वालों लंगर की सेवा की जा रही है। अज की जिहड़ी होर भी सेवा है, बीबी दलबीर कौर जी जिहड़े साडे कि मीत प्रधान ने डिस्ट्रिक्ट अकाली दल दे, उन्हां ने भी अज परांठे पैक करके, जिस तरह दो दो परांठे का पैक बना के सारियां संगतां नूं खवाईआं जा रहीआं। तो असी यह भी अपील करते हैं सरकार अगे कि सरकार कोशिश करे कि थोड़ा सुक्का राशन जोड़ा है वो उन्होंने घर घर तक पहुँचाया जाए, ताकि वो लोग अपने घर बैठ के 10 दिन या 15 दिन का राशन दिता जाए जिद ना लोग खा सकन। वैसे सरकार कोशिश कर रही ने कि भी लंगर उन्होंने पहुँचाया जाए, पहुँचाने की कोशिश भी करते हैं, पर लंगर में असं देख रहे हैं कि कई बार मतलब जो लंगर वो दे रहे हैं उस वेस्टेज ज़्यादा हो रही है। तो वेस्टेज ना हो तो सुक्का राशन दिता जाए, असं भी कोशिश कर रहे हैं कि सुक्का राशन भी दे। तो मेरी अपील है भी है कि जेड़ा भी अपने घरों भी सेवा कर सके तो बहुत चंगा होएगा, वो उन्होंने जोड़ा दसवंध है और उन्होंने जी सेवा है वो सफल होएगी। उधर इसे तरह दिल्ली सिख गुरुद्वारा प्रबंधक कमेटी के मैंबर परमजीत सिंह राणा वालों बलजीत नगर दिल्ली से सुक्का राशन वंडिया गया। इस मौके परमजीत सिंह राणा ने कहा कि दिल्ली कमेटी वालों लोड़वंदा की हर संभव मदद की जा रही है, जिस की कोई शलाघा कर रहा है। मैं अज बलजीत नगर, प्रेम नगर, पटेल नगर, शादी डिपू, पांडव नगर, न्यू पटेल नगर की जिन्हें संगत लोड़वंद परिवार ने 200 परिवारों को अभी राशन दे रहे हैं, जिदे असी 10 किलो आटा, 2 किलो चीनी, 1 किलो दाल, 250 ग्राम चाह की पत्ती की सेवा निभा रहे हैं। मैं धन्यवाद करदा जिहड़ी जिहड़ी संस्था ने साडे विच योगदान पाया, खास करके बेबे नानकी NGO, बीबी अमृता कौर जी, सोनिया सानी जी, नीरू चलाना जी, और यूथ सिख ऑर्गनाइजेशन जिहड़ी पटियाले तो डॉक्टर प्रबलीन जी, और दिल्ली सिख गुरुद्वारा कमेटी का भी धन्यवाद करदा। और खास तौर पर मैं श्री गुरु सिंह सभा बलजीत नगर धनवाद करता जिहड़ा कि इस लंगर नूं वरतान दे विच जिहड़ा असीं राशन लैके इहनूं वरतान दे विच साडा सहयोग कर रहा है। इहनां दे प्रधान सरदार इंद्र मोहन टहिणी वीर जी, काली वीर जी, होर जिहड़े इत्थे प्रबंधक ने उहनां दा वी धनवाद करदे हां। और अरदास करदे सच्चे पातशाह जिहड़ी इह बहुत महामारी आई है इहदे विच सब नूं बचा के रखे, सब नूं चढ़दी कला रखे। सारी दुनिया करोना नाम की महामारी नाल तराह तराह कर रही है और लोग अपने अपने घरों में छुपे हुए हैं। यही तरीका गौरमेंट ने दसिया भी है इस तो बचण का, पर इहदे नाल ही सिख कौम अपनियां जाना हथेली ते लै के मरीजां दी लोड़वंदां दी सेवा कर रही है। पंजाब विच 100 तो वध गुरुद्वारियां च श्रोमणी गुरुद्वारा प्रबंधक कमेटी लंगर बना के पहुँचा रही है, जरूरतमंदां तक पहुँच रहा है। इस तरह तख्त श्री हरिमंदर जी पटना साहब की मैनेजमेंट कमेटी ने सारिया सरावं प्रशासन को दिखाई हैं कि उत्थे जिस तरह मर्जी आइसोलेट करके उन्होंने वरतन
ਉੱਥੇ ਮਰੀਜ਼ ਠਹਿਰਨ, ਡਾਕਟਰ ਠਹਿਰਨ, ਸਭ ਦੇ ਲੰਗਰਾਂ ਦਾ ਪ੍ਰਬੰਧ ਹੈ। ਪਰ ਇਹਦੇ ਨਾਲ ਹੀ ਸਾਡੀ ਬਹੁਤ ਵੱਡੀ ਸਿੱਖ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਆਪਣੇ ਸੀਸ ਹਥੇਲੀ 'ਤੇ ਰੱਖ ਕੇ ਮਨੁੱਖਤਾ ਦੀ ਸੇਵਾ ਦੇ ਇਸ ਮਹਾਂਕੁੰਭ ਵਿੱਚ ਆਪਣਾ ਵੱਡਾ ਹਿੱਸਾ ਪਾ ਰਹੀ ਹੈ। ਇਹਦੇ ਇੱਥੇ ਦੁਖਦਾਈ ਖਬਰ ਵੀ ਇੱਕ ਮਿਲੀ ਹੈ ਕਿ ਮਜਨੂੰ ਟਿੱਲਾ ਗੁਰਦੁਆਰਾ ਸਾਹਿਬ ਵਿਖੇ ਕੁਝ ਰਾਹਗੀਰ ਆਉਂਦੇ ਹੋ ਜਾਂਦੇ ਹੋਏ ਨਿਸ਼ਾਨ ਸਾਹਿਬ ਦੇਖ ਕੇ ਆ ਕੇ ਠਹਿਰ ਗਏ ਸਨ। ਜਿਸ ਬਾਰੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਵੱਖ ਵੱਖ ਸਰਕਾਰਾਂ ਨੂੰ, ਪੰਜਾਬ ਸਰਕਾਰ ਨੂੰ, ਦਿੱਲੀ ਸਰਕਾਰ ਨੂੰ ਬੇਨਤੀਆਂ ਕੀਤੀਆਂ ਕਿ ਅਸੀਂ ਆਪਣੀਆਂ ਬੱਸਾਂ ਦੇ ਦਿੰਦੇ ਹਾਂ ਅਤੇ ਇਹਨਾਂ ਨੂੰ ਇਹਨਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਜਾਏ, ਪਰ ਉਹ ਵਾਰ ਵਾਰ ਨਾ ਕਰਦੇ ਰਹੇ। ਬਾਵਜੂਦ ਇਸ ਦੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀ ਤਰ੍ਹਾਂ ਟੀ ਵੀ ਚੈਨਲਾਂ ਨੇ ਕਵਰ ਵੀ ਕੀਤਾ ਕਿ ਉਹ ਡਿਸਟੈਂਸ ਮੈਨਟੇਨ ਕਰਕੇ ਉਹਨਾਂ ਦੀ ਸੇਵਾ ਕਰ ਰਹੀ ਸੀ। ਪਰ ਦੁਖਦਾਈ ਗੱਲ ਹੈ ਕਿ ਕੁਝ ਸ਼ਰਾਰਤੀ ਲੋਕਾਂ ਨੇ ਸਾਨੂੰ ਸਿੱਖਾਂ ਨੂੰ ਤਬਲੀਗੀਆਂ ਦੀ ਜਮਾਤ ਦੇ ਬਰਾਬਰ ਖੜ੍ਹੇ ਕਰਨ ਦੇ ਇਰਾਦੇ ਨਾਲ, ਦੁਸ਼ਭਾਵਨਾ ਨਾਲ ਇੱਕ FIR ਦਰਜ ਕਰਾਈ ਹੈ ਜੋ ਕਿ ਅਤ ਨਿੰਦਨੀਏ ਹੈ। ਮੈਂ ਇਸ ਦੀ ਘੋਰ ਨਿੰਦਾ ਕਰਦਾ ਹਾਂ ਅਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਆਨਰੇਬਲ ਨਰਿੰਦਰ ਮੋਦੀ ਜੀ ਔਰ ਆਨਰੇਬਲ ਅਮਿਤ ਸ਼ਾਹ ਜੀ ਜੋ ਦੇਸ਼ ਦੇ ਹੋਮ ਮਿਨਿਸਟਰ ਹਨ, ਉਹਨਾਂ ਨੂੰ ਅਪੀਲ ਕਰਦਾ ਕਿ ਦਖਲ ਦੇ ਕੇ ਇਹ ਕੁਝ ਕੰਮ ਜਿਹੜਾ ਕੀਤਾ ਗਿਆ, ਇਹ FIR ਦਰਜ ਕਰਾਈ ਗਈ ਹੈ, ਇਸ ਨੂੰ ਰੱਦ ਕੀਤਾ ਜਾਵੇ ਔਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਵੱਧ ਤੋਂ ਵੱਧ ਮਨੁੱਖਤਾ ਦੀ ਸੇਵਾ ਕਰਨ ਦਾ ਜਿਹੜਾ ਹੋਰ ਬਲ ਮਿਲ ਸਕੇ। ਸੋ ਦੋਸਤੋ, ਅੱਜ ਅਸੀਂ ਦੇਖਿਆ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜਿੱਥੇ ਲੰਗਰ ਰਾਹੀਂ ਰੋਜ਼ੀ ਰੋਟੀ ਤੋਂ ਮਸਾਜ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ, ਉੱਥੇ ਹੀ ਉਹਨਾਂ ਵੱਲੋਂ ਲੋਕਾਂ ਨੂੰ ਸੁੱਕਾ ਰਾਸ਼ਨ ਵੀ ਵੰਡਿਆ ਜਾ ਰਿਹਾ ਹੈ। ਨਾਲ ਹੀ ਅਸੀਂ ਦੇਖਿਆ ਦਿੱਲੀ ਕਮੇਟੀ ਵੱਲੋਂ 200 ਤੋਂ ਵੱਧ ਲੋਕਾਂ ਨੂੰ ਠਹਿਰਾਅ ਅਤੇ ਖਾਣਾ ਦੇਣ ਦੇ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਮਜਨੂੰ ਘਾਟ ਟਿੱਲਾ ਦੀ ਮੈਨੇਜਮੈਂਟ ਕਮੇਟੀ ਖਿਲਾਫ਼ ਪਰਚਾ ਦਰਜ ਕਰਨ 'ਤੇ ਦਿੱਲੀ ਸਰਕਾਰ ਦੀ ਆਲੋਚਨਾ ਕੀਤੀ ਗਈ। ਸੋ ਅੱਜ ਦੇ ਪ੍ਰੋਗਰਾਮ ਵਿੱਚ ਇੰਨੇ ਹੀ ਪ੍ਰੋਗਰਾਮ ਗੁਜਰਾਂ ਸਿੱਖ ਫਿਰ ਸਾਰੇ ਲੈ ਕੇ ਫਿਰ ਆਪ ਜੀ ਸੇਵਾ 'ਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋਨੀਹਾ।